ਰੱਬ ਨਹੀਂ ਕਿਤੇ ਗਵਾਚਾ ਹੋਇਆ ਜਿਸ ਨੂੰ ਕਦਰੇ ਪਾਲੇ ਅੱਖ ਉਗਾੜ ਤੇ ਵੇਖ ਕਮਲਿਆ ਰੱਬ ਤਾਂ ਤੇਰੇ ਨਾਲੇ ਜਿਹੜੇ ਰੱਬ ਨੂੰ ਲੱਭਦੇ ਨੇ ਖੁਦ ਆਪ ਗਵਾਚੇ ਫਿਰਦੇ ਉਹ ਕਿਉਂ ਕਿਧਰੇ ਠੇਡੇ ਖਾਵਣ ਜਿਹੜੇ ਅੱਖੀਆਂ ਵਾਲੇ ਗੁਰੂ ਪੰਥ ਗੁਰੂ ਖਾਲਸਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਬੈਸਟ ਰਿਕਾਰਡ ਕੰਪਨੀ ਵੀਰ ਜਸਪ੍ਰੀਤ ਸਿੰਘ ਸੁਖਮਣੀ ਸਟੂਡੀਓ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਪੇਸ਼ ਕਰ ਰਹੇ ਨੇ ਗਿਆਨੀ ਕੇਵਲ ਸਿੰਘ ਮਹਿਤਾ ਔਰ ਗਿਆਨੀ ਕਾਵਲ ਸਿੰਘ ਜੀ ਸੋਹੀ ਕੋਟ ਮੌਲਵੀ ਗਿਆਨੀ ਮਨਜੀਤ ਸਿੰਘ ਸੋਹੀ ਅਬਦਾਲ ਸੋਹੀ ਹਾਜ਼ਰ ਹਾਂ ਕਿ ਸਿੱਖ ਅਰਦਾਸ ਕਰਦਾ ਹੈ ਗੁਰੂ ਪਾਤਸ਼ਾਹ ਮਨਜ਼ੂਰ ਕਰਦੇ ਹੈ ਜੇ ਉਹ ਅਰਦਾਸ ਜਨ ਬਣ ਕੇ ਕੀਤੀ ਜਾਵੇ ਗੁਰੂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਬਿਰਥੀ ਕਦੇ ਨਾ ਹੋਵਈ ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਸ ਸਿੱਖੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਘਰ ਘਰ ਤੱਕ ਸਿੱਖੀ ਦਾ ਸਿਧਾਂਤ ਪਹੁੰਚਾਇਆ ਗਿਆ ਨਾਲ ਸਿੱਖਾਂ ਨੂੰ ਵਣਜ ਵਪਾਰ ਕਰਨ ਵਾਸਤੇ ਪ੍ਰੇਰਿਆ ਗਿਆ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ ਸਦਕਾ ਸਿੱਖ ਚੰਗੇ ਚੰਗੇ ਵਪਾਰੀ ਬਣ ਕੇ ਲੋਕਾਂ ਦੇ ਸਾਹਮਣੇ ਆਏ ਇੱਕ ਪਿੰਡ ਕਸ਼ਮੀਰ ਟਾਂਡਾ ਜਿਹੜਾ ਜੇਲਮ ਦਰਿਆ ਦੇ ਕਿਨਾਰੇ 'ਤੇ ਹੈ ਉਹਨੂੰ ਟਾਂਡਾ ਵੀ ਲਿਖਿਆ ਹੈ ਕੁਝ ਲਿਖਾਰੀਆਂ ਨੇ ਕਸ਼ਮੀਰ ਟਾਂਡਾ ਲਿਖਿਆ ਹੈ ਇੱਥੋਂ ਦੇ ਰਹਿਣ ਵਾਲਾ ਇੱਕ ਸੌਦਾਗਰ ਹੈ ਵਪਾਰੀ ਹੈ ਮੱਖਣ ਸ਼ਾਹ ਲਬਾਣਾ ਇਹ ਘਰਾਣਾ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਹੋਇਆ ਹੈ ਇਹਦੇ 10,000 ਬਲਦ ਨੇ ਔਰ ਗੱਡੇ ਨੇ ਘੋੜੀਆਂ ਅਤੇ ਘੋੜੇ ਰਥ ਊਠ ਬਹੁਤ ਵੱਡਾ ਵਪਾਰੀ ਹੈ ਇਹ ਇੱਧਰੋਂ ਆਪਣੇ ਦੇਸ਼ 'ਚੋਂ ਮਾਲ ਖਰੀਦਦਾ ਅਤੇ ਦਸੌਰ ਦੇਸ਼ ਨੂੰ ਲੈ ਜਾਂਦਾ ਇਹਦੇ ਆਪਣੇ ਕਈ ਬੇੜੇ ਨੇ ਐਤਕਾਂ ਵੀ ਇਹਨੇ ਆਪਣੇ ਦੇਸ਼ ਵਿੱਚੋਂ ਬਹੁਤ ਸਾਰਾ ਸਮਾਨ ਖਰੀਦਿਆ ਬੇੜਾ ਭਰਿਆ ਔਰ ਦਸੌਰ ਦੇਸ਼ ਨੂੰ ਲੈ ਗਿਆ ਉਸ ਦੇਸ਼ ਵਿੱਚ ਇਹਨੇ ਮਾਲ ਵੇਚਿਆ ਇਹਨੂੰ ਚੰਗਾ ਮੁਨਾਫਾ ਮਿਲਿਆ ਚੰਗੀ ਮਾਇਆ ਕਮਾਈ ਉੱਧਰੋਂ ਫਿਰ ਇਹਨੇ ਮਾਲ ਖਰੀਦਿਆ ਫਿਰ ਬੇੜਾ ਭਰਿਆ ਫਿਰ ਆਪਣੇ ਦੇਸ਼ ਨੂੰ ਚੱਲਿਆ ਇਹ ਰਸਤੇ ਵਿੱਚ ਆ ਰਿਹਾ ਸੀ ਜਿੱਥੇ ਤ੍ਰੈ ਮੂੰਹ ਤਿੰਨ ਦਰਿਆਵਾਂ ਦਾ ਸੰਗਮ ਹੈ ਇਕੱਠੇ ਹੁੰਦੇ ਨੇ ਉੱਥੇ ਆਣ ਕੇ ਇਹਦਾ ਬੇੜਾ ਤੂਫਾਨ ਦੇ ਕਾਬੂ ਆ ਗਿਆ ਹਨੇਰੀ ਝੱਖੜ ਵਗਣਾ ਸ਼ੁਰੂ ਹੋ ਗਿਆ ਬੇੜਾ ਪੈਰੋ ਪੈਰ ਡੁੱਬਣ ਲੱਗਾ ਮਲਾਹਾਂ ਨੇ ਆਪਣੇ ਬੜੇ ਯਤਨ ਕੀਤੇ ਬੜਾ ਚਾਰਾ ਕੀਤਾ ਪਰ ਬੇੜਾ ਘੁੰਮਣ ਘੇਰੀ ਵਿੱਚੋਂ ਬਾਹਰ ਨਾ ਆਇਆ ਜਦੋਂ ਕੋਈ ਵੀ ਚਾਰਾ ਨਾ ਚੱਲਦਾ ਵੇਖਿਆ ਮਲਾਹਾਂ ਨੇ ਆਖਿਆ ਸ਼ਾਹ ਜੀ ਹੁਣ ਕੋਈ ਆਪਣੇ ਗੁਰੂ ਪੀਰ ਅੱਗੇ ਅਰਦਾਸ ਬੇਨਤੀ ਕਰਕੇ ਵੇਖ ਲਓ ਕਿਉਂਕਿ ਅਸੀਂ ਆਪਣੇ ਯਤਨ ਕਰਕੇ ਵੇਖ ਲਿਆ ਮਾਲ ਦੀ ਤਾਂ ਗੱਲ ਕਿਧਰੇ ਰਹੀ ਹੁਣ ਜਾਨਾਂ ਵੀ ਬਚਣੀਆਂ ਮੁਸ਼ਕਲ ਨੇ ਮੱਖਣ ਸ਼ਾਹ ਲਬਾਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ ਪਾ ਕੇ ਗਲ ਵਿੱਚ ਪੱਲਾ ਕਰਕੇ ਨੈਣ ਬੰਦ ਜੋੜ ਕੇ ਹੱਥ ਇੱਕ ਬੇਨਤੀ ਇੱਕ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਜਿਹੜੀ ਕਰਦਾ ਆ ਉਹ ਅਰਦਾਸ ਦੇ ਸ਼ਬਦ ਇਸ ਕਵਿਤਾ ਵਿੱਚ ਸੋਹੀ ਭਰਾਵਾਂ ਦੀ ਜੋੜੀ ਮਹਿਤੀਏ ਪੇਸ਼ ਕਰਦੇ ਨੇ ਸੁਣੀਏ ਇੱਕ ਦਿਨ ਅਚਰ ਚੇਤੀ ਹਵਾ ਵਗਣ ਲੱਗੀ ਹੌਲੀ ਹੌਲੀ ਉਹ ਵੱਡਾ ਤੂਫਾਨ ਬਣ ਗਈ ਕੁਝ ਵੀ ਸੁੱਝਦੀ ਨਹੀਂ ਬੇੜਾ ਡੋਲਦਾ ਹੈ ਮੱਖਣ ਸ਼ਾਹ ਦੇ ਭਾ ਦੀ ਆਣ ਬਣ ਗਈ ਹੁਣ ਤਾਂ ਹੋਰ ਤੇ ਕੁਝ ਨਹੀਂ ਹੋ ਸਕਦਾ ਸਾਰੇ ਇੱਕਦਮ ਇਹੋ ਵਿਚਾਰ ਕਰਦੇ ਮੱਖਣ ਸ਼ਾਹ ਲਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਮੱਖਣ ਸ਼ਾਹ ਨੂੰ ਗੱਲ ਕੋਈ ਔੜਦੀ ਨਹੀਂ ਬੇੜਾ ਪਲੋ ਪਲੀ ਡੁੱਬਦਾ ਜਾ ਰਿਹਾ ਸੀ ਹੰਝੂ ਡਿੱਗਦੇ ਸੀ ਹੱਥ ਜੁੜੇ ਹੋਏ ਮਿੰਨਤਾਂ ਕਰ ਰਿਹਾ ਤਰਲੇ ਪਾ ਰਿਹਾ ਸੀ ਬੇੜਾ ਕਹਿ ਰਿਹਾ ਘੁੰਮਣ ਕੇ
ਛਾਤੀ ਵੀ ਧੜਕਦੀ ਆ ਤੇਰੇ ਦਰ ਤੇ ਓ ਅਰਦਾਸ ਸਾਡੀ ਮੇਰੇ ਮਾਲਕਾ ਅੱਜ ਚਮਤਕਾਰ ਕਰਦੇ ਮੱਖਣ ਛਾਲ ਬਾਣੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਹੁਣ ਆਸਰਾ ਹੋ ਨੀ ਰਿਹਾ ਬਾਕੀ ਤੂੰ ਹੀ ਚੜੇ ਤੂਫਾਨ ਨੂੰ ਠੱਲ ਕਰਦਾ ਤੇਰੇ ਹੁਕਮ ਬਿਨ ਹਵਾ ਨਹੀਂ ਹਿੱਲ ਸਕਦੀ ਤੇਰੇ ਹੁਕਮ ਬਿਨ ਪਾਣੀ ਨਹੀਂ ਚੱਲ ਸਕਦਾ ਜੋ ਤੂੰ ਚਾਹੇ ਤਾਂ ਕੀ ਨਹੀਂ ਹੋ ਸਕਦਾ ਚਾਹੇ ਤਾਂ ਕੀ ਨਹੀਂ ਹੋ ਸਕਦਾ ਜਿਹੜਾ ਹੋਇਆ ਨੀ ਵਿੱਚ ਸੰਸਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਔਖੀ ਵੇਲੇ ਪ੍ਰਮਾਤਮਾ ਯਾਦ ਆਉਂਦਾ ਔਖੀ ਵੇਲੇ ਪ੍ਰਮਾਤਮਾ ਯਾਦ ਆਉਂਦਾ ਵੇਲੇ ਸੁੱਖਾਂ ਦੇ ਸਭ ਕੁਝ ਭੁੱਲ ਜਾਂਦਾ ਬੰਦਾ ਕੱਖ ਵੀ ਨਹੀਂ ਆਕੜ ਵਿੱਚ ਆ ਕੇ ਬਣ ਆਪ ਖੁਦਾ ਦੇ ਤੁੱਲ ਜਾਂਦਾ ਮੈਨੂੰ ਆਪਣਾ ਸਮਝ ਕੇ ਲਾ ਚਰਨੀ ਮੇਰੇ ਸੁਪਨਿਆਂ ਤਾਈ ਸਾਕਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਮੇਰੇ ਬਣੀ ਦੇ ਜਿਸ ਨੇ ਯਾਦ ਕੀਤਾ ਸ਼ਰਨ ਆਇਆ ਜੋ ਉਸ ਨੂੰ ਤਾਰ ਦਿੱਤਾ ਇੱਕ ਵਾਰ ਮਰਦਾਨੀ ਆਵਾਜ਼ ਮਾਰੀ ਆ ਕੇ ਤਪਤ ਕੜਾਏ ਨੂੰ ਠਾਰ ਦਿੱਤਾ ਜਿਹੜਾ ਗੱਲ ਸੁਣ ਲੈ ਉਹੀ ਦੰਗ ਰਹਿ ਜੇ ਅੱਜ ਸਾਰੀਆਂ ਸ਼ਕਤੀਆਂ ਯਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਅੱਜ ਡੁੱਬਦੇ ਬੇੜੇ ਨੂੰ ਤਾਰ ਦੇ ਜੇ ਨੰਗੇ ਪੈਰ ਕਰ ਚੱਲ ਕੇ ਆਵਾਂਗਾ ਮੈਂ ਭੇਟਾ ਹੋਰ ਪ੍ਰੇਮ ਨਾਲ ਕਰਾਂ ਭੇਟਾ 500 ਮੋਰ ਦੀ ਭੇਟ ਚੜਾਵਾਂਗਾ ਮੈਂ ਆਪਣੇ ਸੇਵਕਾਂ ਦੀ ਲਾਜ ਆਪ ਰੱਖੇ ਆਪਣੇ ਸੇਵਕਾਂ ਦੀ ਲਾਜ ਆਪ ਰੱਖੇ ਦਾਤਾ ਯੋਧੜੀ ਤੇਰੇ ਦਰਬਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਲੋਕੀ ਕਹਿਣ ਨਾ ਗੁਰੂ ਨੀ ਹੋਣਾ ਸੱਚਾ ਲੋਕ ਕਹਿਣ ਨਾ ਗੁਰੂ ਨੀ ਹੋਣਾ ਸੱਚਾ ਜੇਕਰ ਸੱਚਾ ਸੀ ਤੇ ਫਿਰ ਆਇਆ ਕਿਉਂ ਨਾ ਹਰ ਵੇਲੇ ਜੋ ਗੁਰੂ ਅਰਾਧਦਾ ਸੀ ਉਹਨੂੰ ਡੁੱਬਦੇ ਨੂੰ ਬੰਨੇ ਲਾਇਆ ਕਿਉਂ ਨਾ ਜਿਹੜੇ ਗੁਰੂ ਦੀ ਗੱਦੀ ਨੂੰ ਨਿੰਦਦੇ ਨੇ ਐਸੇ ਝੂਠਿਆਂ ਨੂੰ ਸ਼ਰਮਸ਼ਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਜੋ ਜੋ ਕਿਰਨ ਮੋਤੀ ਅੱਖੋਂ ਪ੍ਰੇਮ ਵਾਲੇ ਮੇਰੇ ਪਾਤਸ਼ਾਹ ਨੂੰ ਤਰਸ ਆਈ ਜਾਵੇ ਡੁੱਬਦੇ ਹੋਏ ਜਹਾਜ਼ ਨੂੰ ਡਾ ਮੋਢਾ ਨਵਾਂ ਸਤਿਗੁਰੂ ਦੀ ਬੰਨੇ ਲਾਈ ਜਾਵੇ ਜਿਹੜਾ ਗੁਰੂ ਨੂੰ ਦਿਲੋਂ ਪਿਆਰ ਕਰਦਾ ਅੱਗੋਂ ਸਤਿਗੁਰੂ ਦੂਣਾ ਪਿਆਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਅੱਖਾਂ ਖੁੱਲੀਆਂ ਜਾ ਮੱਖਣ ਛਾਹ ਡਿੱਠਾ ਅੱਖਾਂ ਖੁੱਲੀਆਂ ਜਾ ਮੱਖਣ ਛਾਹ ਡਿੱਠਾ ਬੇੜਾ ਆਣ ਕਿਨਾਰੇ ਤੇ ਲੱਗਿਆ ਏ ਮੇਰੇ ਪਾਤਸ਼ਾਹ ਧੰਨ ਹੈ ਤੂੰ ਦਿਲ ਦੀਪ ਪ੍ਰੇਮ ਦਾ ਜੱਗਿਆ ਏ ਇੱਕ ਸਿੱਖ ਦਾ ਪ੍ਰੇਮ ਦਲਬੀਰ ਸਿੰਘਾ ਵੇਖ ਸਿੱਖ ਦਾ ਪ੍ਰੇਮ ਦਲਬੀਰ ਸਿੰਘਾ ਅੱਜ ਚੋਜ ਕੀ ਮੇਰੇ ਨੰਕਾਰ ਕਰਦੇ ਮੱਖਣ ਛਾਲ ਬਾਣੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ ਮੱਖਣ ਛਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜੋਦੜੀ ਕਰ ਰਿਹਾ ਸੀ ਬੇਨਤੀਆਂ ਕਰ ਰਿਹਾ ਸੀ ਸੁਖਦਾਤਾ ਪੈ ਭੰਜਨੋ ਤਿਸ ਆਗੇ ਕਰੇ ਅਰਦਾਸ ਮੇਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਮੱਖਣ ਛਾਲ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨਜ਼ੂਰ ਹੋਈ ਹੈ ਮੱਖਣ ਛਾਲ ਦਾ ਡੁੱਬਦਾ ਜਹਾਜ਼ ਡੁੱਬਦਾ ਬੇੜਾ
ਸਤਿਗੁਰਾਂ ਨੇ ਬੰਨੇ ਲਾਇਆ ਹੈ, ਸਾਰੇ ਖੁਸ਼ੀ ਵਿੱਚ ਆ ਗਏ, ਬੜੀਆਂ ਖੁਸ਼ੀਆਂ ਹੋਈਆਂ। ਇਹ ਆਪਣਾ ਬੇੜਾ ਲੈ ਕੇ ਆਪਣੇ ਦੇਸ਼ ਨੂੰ ਆ ਰਹੇ ਸਨ। ਬੇੜਾ ਪੰਧ ਮੁਕਾਉਂਦਾ ਅਮਨ ਅਮਾਨ ਦੇ ਨਾਲ ਆ ਰਿਹਾ ਸੀ। ਮੱਖਣ ਸ਼ਾਹ ਨੇ ਜਿੱਥੇ ਗੁਰੂ ਸਾਹਿਬਾਂ ਵਾਸਤੇ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਉਸ ਦੇਸ਼ ਵਿੱਚੋਂ ਖਰੀਦ ਕੇ ਲਿਆਂਦੀਆਂ ਸਨ, ਉੱਥੇ ਮਹਾਰਾਜ ਵਾਸਤੇ ਪੁਸ਼ਾਕਾ ਵੀ ਬੜਾ ਸੁੰਦਰ ਖਰੀਦਿਆ ਹੋਇਆ ਸੀ। ਇਹਨੇ 500 ਮੋਹਰ ਵੀ ਸੁੱਖਣਾ ਸੁੱਖ ਲਈ ਸੀ। ਇਹ ਆ ਗਏ ਆਪਣੇ ਦੇਸ਼ ਵਿੱਚ। ਜਦੋਂ ਇਹ ਆਪਣੇ ਦੇਸ਼ ਵਿੱਚ ਆਏ, ਇਹਨਾਂ ਨੇ ਮਾਲ ਵੇਚਿਆ, ਮੁਨਾਫਾ ਕਮਾਇਆ, ਵਿਹਲੇ ਹੋਏ ਨੇ। ਹੁਣ ਮੱਖਣ ਸ਼ਾਹ ਨੇ ਆਖਿਆ, ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬਾਂ ਦੀ ਸੁੱਖਣਾ ਔਰ ਭੇਟਾ ਚੜ੍ਹਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਮੱਖਣ ਸ਼ਾਹ ਨੇ ਆਪਣੇ ਨੌਕਰਾਂ ਚਾਕਰਾਂ ਨੂੰ ਤਿਆਰੀ ਦਾ ਹੁਕਮ ਦਿੱਤਾ ਹੈ, ਨਾਲ ਸੰਗਤਾਂ ਤਿਆਰ ਹੋ ਪਈਆਂ, ਆਂਢੀ ਗੁਆਂਢੀ ਅਤੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਲਿਆ। ਇਹ 500-600 ਦਾ ਜਥਾ ਕੋਈ ਹੋ ਗਿਆ ਤਕਰੀਬਨ। ਇਹ ਸੰਗਤਾਂ ਜਥਿਆਂ ਦੇ ਰੂਪ ਵਿੱਚ ਹੀ ਉਦੋਂ ਮਹਾਰਾਜ ਦੇ ਘਰ ਨੂੰ ਆਇਆ ਕਰਦੀਆਂ ਸੀ, ਸਫ਼ਰ ਕਰਿਆ ਕਰਦੀਆਂ ਸਨ। ਇਹ ਜਥਾ ਪਹੁੰਚਿਆ ਹੈ ਦਿੱਲੀ, ਅਤੇ ਜਦੋਂ ਦਿੱਲੀ ਆਏ ਨੇ ਇਸ ਗੱਲ ਦਾ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਮਹਾਰਾਜ ਉਹ ਜੋਤੀ ਜੋਤ ਸਮਾ ਗਏ ਆ। ਮੱਖਣ ਸ਼ਾਹ ਜਦੋਂ ਆਪਣੇ ਦੇਸ਼ 'ਚੋਂ ਬੇੜਾ ਲੈ ਕੇ ਦਸੌਰ ਦੇਸ਼ ਨੂੰ ਗਿਆ ਸੀ, ਉਦੋਂ 8ਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਸਨ। ਅਤੇ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਸਿੱਖਾਂ ਨੇ ਆਖਿਆ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਾਅਦ ਨਵੇਂ ਪਾਤਸ਼ਾਹ ਕੌਣ ਹੋਣਗੇ? ਅਤੇ 8ਵੇਂ ਪਾਤਸ਼ਾਹ ਮਹਾਰਾਜ ਨੇ ਸ਼ਬਦ ਕਹੇ ਸੀ, ਸੀ ਝੁਕਾ ਕੇ ਦਿੱਲੀ ਵਿੱਚ 8ਵੇਂ ਸਤਿਗੁਰ ਨੇ ਵਾਕ ਸੀ ਇਹ ਫਰਮਾਇਆ, ਵਿੱਚ ਬਕਾਲੇ ਬਾਬਾ ਹੈ ਜੇ ਇਹ ਕਹਿ ਸੀ ਝੁਕਾਇਆ। ਇਹ ਗੱਲ ਸੁਣ ਕੇ ਹਰ ਇੱਕ ਸੋਢੀ ਵੱਲ ਬਕਾਲੇ ਧਾਇਆ, ਹਰ ਇੱਕ ਆਪ ਗੁਰੂ ਬਣ ਬੈਠਾ, ਤਖ਼ਤ ਸਿੰਘਾਸਣ ਲਾਇਆ। ਸਤਿਗੁਰੂ ਮਹਾਰਾਜ ਨੇ ਬਕਾਲੇ ਵੱਲ ਇਸ਼ਾਰਾ ਕਰਕੇ ਇਹ ਸ਼ਬਦ ਕਹੇ, ਬਾਬਾ ਵਸੇ ਗ੍ਰਾਮ ਬਕਾਲੇ, ਨਾਂ ਨਹੀਂ ਸੀ ਲਿਆ, ਔਰ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਇਸ਼ਾਰਾ ਸੀ। ਜਦੋਂ ਬਾਕੀ ਸੋਢੀਆਂ ਨੇ ਔਰ ਧੀਰ ਮੱਲ ਹੋਣਾ ਨੇ ਸੁਣਿਆ ਕਿ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਉਹ ਬਕਾਲੇ ਵੱਲ ਇਸ਼ਾਰਾ ਕਰਦੇ ਆ, ਇਹ ਆਪੋ ਆਪਣਾ ਡੰਡਾ ਡੋਰਾ ਚੁੱਕ ਕੇ ਬਕਾਲੇ ਦੀ ਧਰਤੀ 'ਤੇ ਆ ਕੇ ਬੈਠ ਗਏ। ਇਹਨਾਂ ਨੇ ਤਖ਼ਤ ਸਜਾ ਲਏ। ਧੀਰ ਮੱਲ ਦਾ ਸਤਿਕਾਰ ਸਾਰਿਆਂ ਵਿੱਚ ਜ਼ਿਆਦਾ ਸੀ, ਇਹ ਮਾਇਆ ਧਾਰੀ ਸੀ, ਇਹਦੇ ਕੋਲ ਗੁਰੂ 5ਵੇਂ ਪਾਤਸ਼ਾਹ ਵਾਲੀ ਉਹ ਬੀੜ ਵੀ ਇਹਦੇ ਕੋਲ ਸੀ। ਇੱਕ ਤੰਬੂ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਇੱਕ ਤੰਬੂ ਵਿੱਚ ਸਿੰਘਾਸਨ ਦੇ ਧੀਰ ਮੱਲ ਬੈਠਾ ਹੋਇਆ ਹੈ। ਆਮ ਕਹਾਵਤ ਹੈ ਕਿ ਬਕਾਲੇ ਦੇ ਵਿੱਚ 22 ਮੰਜੀਆਂ ਡਾਹ ਕੇ ਗੁਰੂ ਬਹਿ ਗਏ, 22 ਗਿਣਤੀ ਵਿੱਚ ਬਣਦੇ ਨਹੀਂ, ਖੈਰ ਇੱਕ ਤੋਂ ਬਹੁਤੇ ਗੁਰੂ ਇੱਥੇ ਆਪਣੇ ਆਪ ਸੱਚੇ ਗੁਰੂ ਹੋਣ ਦਾ ਢੰਡੋਰਾ ਦੇਣ ਲੱਗੇ। ਇਹਨਾਂ ਦੇ ਚੇਲੇ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਗੁੰਮਰਾਹ ਕਰਦੇ, ਸਾਡਾ ਗੁਰੂ ਸੱਚਾ ਹੈ, ਇਹ ਅਸਲੀ ਗੁਰੂ ਹੈ, ਬੜਾ ਕਰਾਮਾਤੀ ਹੈ, ਦਿਲ ਦੀਆਂ ਬੁੱਝ ਲੈਂਦਾ ਹੈ, ਸੰਗਤਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਮੱਖਣ ਸ਼ਾਹ 8ਵੇਂ ਪਾਤਸ਼ਾਹ ਮਹਾਰਾਜ ਜਦੋਂ ਇਹ ਸ਼ਬਦ ਕਹੇ ਤੇ ਇਹਨੂੰ ਪਤਾ ਲੱਗਿਆ ਕਿ ਸਤਿਗੁਰੂ ਬਾਬਾ ਬਕਾਲਾ ਦੀ ਧਰਤੀ ਵੱਲ ਇਸ਼ਾਰਾ ਕਰਕੇ ਗਏ ਨੇ। ਇਹ ਆਪਣੀ ਨਾਲ ਜਥੇ ਨੂੰ ਲੈ ਕੇ, ਸੰਗਤਾਂ ਨੂੰ ਨਾਲ ਲੈ ਕੇ ਇਹ ਮਾਰੋ ਮਾਰ ਕਰਦਾ ਸਬਰ ਤੈਅ ਕਰਕੇ ਬਾਬਾ ਬਕਾਲਾ ਦੇ ਬਾਹਰ ਆਣ ਕੇ ਨੇ ਤੰਬੂ ਲਾ ਲਏ। ਇਹ ਉਤਰਿਆ ਜਦੋਂ ਤੇ ਇਸ ਗੱਲ ਵਿੱਚ ਭੁਲੇਖਾ ਨਾ ਰਿਹਾ ਕਿ ਇਹ ਕੋਈ ਅਮੀਰ ਬੰਦਾ ਆਇਆ, ਨਾਲ ਰੱਥ ਘੋੜੇ ਬੜੀ ਸ਼ਾਨ ਦੇ ਨਾਲ ਇਹ ਬਾਬਾ ਬਕਾਲਾ ਪਿੰਡ ਤੋਂ ਬਾਹਰ ਇਹਨਾਂ ਨੇ ਪੜਾਅ ਲਾ ਲਿਆ, ਤੰਬੂ ਲੱਗ ਗਏ। ਅਤੇ ਨਕਲੀ ਗੁਰੂਆਂ ਦੇ ਚੇਲਿਆਂ ਨੂੰ ਔਰ ਨਕਲੀਆਂ ਗੁਰੂਆਂ ਨੂੰ ਫਿਕਰ ਪੈ ਗਿਆ ਵੀ ਇਹ ਕੋਈ ਚੰਗਾ ਧਨਾੜ ਪੁਰਸ਼ ਆਇਆ, ਕੋਈ ਵੱਡੀ ਸਾਮੀ ਆਈ ਆ। ਇਤਿਹਾਸ ਕਹਿੰਦਾ ਇਹਨਾਂ ਨਕਲੀ ਗੁਰੂਆਂ ਦੇ ਚੇਲੇ ਮੱਖਣ ਸ਼ਾਹ ਦੇ ਪੜਾਅ ਤੱਕ ਪਹੁੰਚ ਗਏ, ਆਪੋ ਆਪਣੇ ਗੁਰੂ ਦੀਆਂ ਸਿਫਤਾਂ ਕਰਨ ਲੱਗੇ ਨੇ। ਕਹਿੰਦੇ ਨੇ ਸਾਡਾ ਗੁਰੂ ਬੜਾ ਸੱਚਾ ਆ, ਉਹਦੇ ਦਿਲਾਂ ਦੀਆਂ ਬੁੱਝ ਲੈਂਦਾ। ਮੱਖਣ ਸ਼ਾਹ ਨੇ ਵੇਖਿਆ ਇੱਥੇ ਤੇ ਬਹੁਤ ਸਾਰੇ ਗੁਰੂਆਂ ਦੀ ਭੀੜ ਲੱਗੀ ਆ, ਇਹਦੇ ਢੰਡੋਰਾ ਸੱਚੇ ਗੁਰੂ ਹੋਣ ਦਾ ਪਿੱਟ ਰਹੇ ਆ, ਅਤੇ ਮੈਂ 500 ਮੋਹਰ ਚੜ੍ਹਾਉਣੀ ਆ ਅਤੇ ਕਿਹਨੂੰ ਚੜ੍ਹਾਵਾਂਗਾ, ਇੱਥੇ ਤੇ ਗੁਰੂਆਂ ਦੀ ਮੰਡੀ ਲੱਗੀ ਹੋਈ ਆ। ਮੱਖਣ ਸ਼ਾਹ ਸ਼ਰਧਾਵਾਨ ਜ਼ਰੂਰ ਹੈ ਪਰ ਉਹ ਗਿਆਨਵਾਨ ਵੀ ਆ, ਉਹ ਕਹਿੰਦਾ ਮੈਂ ਠੱਗਿਆ ਨਹੀਂ ਜਾਣਾ, ਸੋਚਦਾ ਜੇ ਕਰਾਂ ਕਿ
ਹੁਣ ਰਾਤ ਸੋਚਦਿਆਂ ਲੰਘੀ ਆ। ਸਵੇਰ ਚੜ੍ਹਿਆ ਮੱਖਣ ਸ਼ਾਹ ਨੇ ਇਹ ਸੋਚਿਆ ਕਿ ਮੈਂ 500 ਮੋਹਰ ਕਿਵੇਂ ਇੱਕ ਗੁਰੂ ਨੂੰ ਭੇਟਾ ਕਰਦਿਆਂ। ਇਹਨੇ ਆਖਿਆ ਮੈਂ ਅਸਲੀ ਗੁਰੂ ਦੀ ਪਛਾਣ ਕਰਾਂਗਾ। ਆਪਣੇ ਦਿਲ ਵਿੱਚ ਵਿਚਾਰਾਂ ਕਰਦਾ ਇਹ 500 ਮੋਹਰ ਕਿਹਨੂੰ ਚੜ੍ਹਾ ਦੇਵਾਂ। ਉਸ ਵੇਲੇ ਦੀਆਂ ਲਾਈਨਾਂ ਆਪ ਜੀ ਦੀ ਸੇਵਾ 'ਚ ਪੇਸ਼ ਕੀਤੀਆਂ ਜਾ ਰਹੀਆਂ ਨੇ। 500 ਮੋਹਰ ਕਿਸ ਦੀ ਭੇਟ ਚੜ੍ਹਾਵਾਂ, ਸੁਣੀਆਂ ਜੀ। ਮੱਖਣ ਸ਼ਾਹ ਨੇ ਜਦੋਂ ਵੇਖਿਆ ਵਿੱਚ ਬਕਾਲੇ ਆ ਕੇ, ਕੀ ਵੇਖਦਾ ਅੱਗੇ ਬੈਠੇ ਬਾਈ ਮੰਜੀਆਂ ਡਾ ਕੇ। ਮੈਂ ਆਇਆ ਸਾਂ ਸਤਿਗੁਰ ਦੇ ਦਰ ਲੈ ਕੇ ਖੁਸ਼ੀਆਂ ਚਾਵਾਂ। ਮੱਖਣ ਸ਼ਾਹ ਕੇ 500 ਮੋਹਰਾਂ ਕਿਸ ਦੀ ਭੇਟ ਚੜ੍ਹਾਵਾਂ। ਸੋਚ ਸੋਚ ਕੇ ਇੱਥੇ ਪਹੁੰਚਿਆ ਕਿ ਮੈਨੂੰ ਹੀ ਪਤਾ ਵੀ ਮੈਂ 500 ਮੋਹਰ ਸੁਖੀ ਆ, ਅਤੇ ਜਾਂ ਗੁਰੂ ਜਾਣਦਾ ਹਰ ਅੰਤਰਜਾਮੀ ਸਭ ਵਿੱਚ ਜਾਣਾ ਹੈ ਤਾਂ ਕਿਸ ਪੈ ਆਗ ਸੁਣਾਈਏ। ਗੁਰੂ ਅੰਤਰਜਾਮੀ ਆ, ਤੀਜੇ ਬੰਦੇ ਨੂੰ ਪਤਾ ਹੀ ਨਹੀਂ। ਜਿਹੜਾ ਅਸਲੀ ਗੁਰੂ ਹੋਵੇਗਾ ਉਹ ਆਪੇ ਮੰਗ ਲਵੇਗਾ, ਮੈਂ 5-5 ਮੋਹਰਾਂ, 2-2 ਮੋਹਰਾਂ ਸਾਰਿਆਂ ਦੇ ਅੱਗੇ ਰੱਖੀ ਜਾਵਾਂਗਾ। ਮੱਖਣ ਸ਼ਾਹ ਤੁਰਿਆ, ਸਭ ਤੋਂ ਮੂਹਰੇ ਆਇਆ ਹੈ ਧੀਰਮਲ ਦਾ ਡੇਰਾ। ਇਹਨੇ ਬੜਾ ਸੁੰਦਰ ਮੰਡਪ ਸਜਾਇਆ ਹੋਇਆ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਇੱਕ ਤਖ਼ਤ 'ਤੇ, ਔਰ ਮਹਾਰਾਜ
सुभाए मान ने मक्खन शाह ने पांच मोहरां सतगुरु जी दे अगे रख के अरदास कीती कि मेरा भरम मिटाया जावे, असली गुरु का मैनू पता लग सके। उदों अगले पासे धीरमल बैठा है सिंघासन ते, दो मोहरां इहदे अगे भी रख दित्तियां। करे अरदास दिल धार के विचार कुछ, पहुंचिया मक्खन धीरमल दे द्वार जी। पंज मोहरां रख के गुरु ग्रंथ साहिब अगे टेकिया सो मथा नाल दिली सत्कार जी। दो मोहरां रख वे धीरमल सामने भी परखण दे हेत चुक कीती नमस्कार जी। धीरमल ने भी अगों दिते वार दिल खोल के दसिया ना आया सी जो सिख मन धार जी। धीरमल ने आख्या भी बड़े चंगे समय आया, तेरा भला हो गया, बड़िया आशीर्वादा दित्तियां, प्रसाद आप उठ के दिता, सिरों पहो भी दिता। बहुता खुश तो ना होया धीरमल, पर सोचदा आउंदा आउंदा खौरिया होर माया दे जावे। अगले गुरुआं दी भी भेटा दो दो मोहरां रखियां, पर सारिया ने सीसा ही दित्तियां, सारिया ने वारी दिते, किसी ने भी दिल की ना बुझी, बुझनी किसी नकली दे हैगे ही सारे। हुण मक्खन शाह दा दिल टुट गया, ये वापस मुड़िया कहिंदा इहदे सारे नकली आ, इहदे पखंडी बैठे सारे, मेरा ते मन दा भरम ज्यों दा त्यों आ गया अपने डेरे विच। इहने हुण आण के सोचना शुरू कीता भी किवें मैं असली गुरु लभां। गुरू दे चरणां विच अरदास भी करनी शुरू कीती आ, हे सच्चे पातशाह मैं तुहाडी जोत नूं कित्थों भाला, मैं ते इहनां नूं वेख आया इह सारे नकली गुरु ने। इहने रात बतीत कीती है, अमृत वेला होया है, नित नेम कीता, नित नेम करके एक अरदास करदा है। मक्खन शाह हथ बन के अरदास गुजारी, जितने बैठे बने ने ये गुरबलकारी, पर खाया मैं सतगुरु सब वारो वारी, दूर ना कीती किसे ने प्रभ चिंत हमारी। असली सतगुरु कौन है ये उलझन भारी, फिर दी डावांडोल है संगत विचारी, होवे हल सवाल ना बिन मेल तुहारी, ता मैं मूँह अन पावना गल सुलझे सारी। इन्हें प्रतिज्ञा कीती प्रण कीता, सचे पातशाह उन्ना चिर मैं मुख नूं कुछ नहीं लावांगा, अन्न नहीं खावांगा, जल नहीं छकांगा, जिन्ना चिर तुहाडे दर्शन ना कर ले, तुहानू प्रगट ना कर लिया। जदों ए अरदास नाल दियां संगतां ने सुनी, जिहड़े नाल नौकर चाकर सी परिवार सी उहनां नूं फिकर पै गया कि मक्खन शाह इहने जिहड़ी अरदास कर ली है इह सिर ना नभा देवेगा, नहीं कुछ खावेगा उहनां चिर जिन्ना चिर गुरु दे दर्शन ना कर ले। इहनां ने भालणा शुरू कीता। मक्खन शाह भी अपने डेरे चों उठिया है, चले ने पुछदे पछाउंदे ने, एक गुरु का प्यारा कोई मिलिया, उहनूं पुछिया भी इत्थे कोई होर भी गुरु रहिंदा है, उह कहिंदा हाँ हाँ आदे जिहड़े हुणे आए मगरों, असली गुरु ते इत्थे छेवें पातशाह गुरु हरगोबिंद साहिब जी दा छोटा साहिबजादा तेग बहादुर साहिब। साध संगत जी, गुरु तेग बहादुर महाराज दे बाबा बकाला साहिब नानके है, माता नानकी जी दा पिंड है। इत्थे सतगुरु गुरु हरगोबिंद पातशाह महाराज दा विआह पुरब बड़ी शान दे नाल तरना दल मिसल शहीदां बाबा गजन सिंह साहब और संत बाबा गुरदेव सिंह साहब जी शहीदी बाग वालियां वल्लों मनाया जांदा है। उन्हें आख्या इत्थे गुरु रहिंदे ने, गुरु छेवें पातशाह महाराज दे छोटे साहबजादे तेग बहादुर साहब, आओ उन्हां दा घर है, एक कमरा आ नीवा जिहा भोरा ला लो, उहदे विच ही ओह बहुता चिर रहिंदे ने, सिमरन करदे रहिंदे ने, बाहर बड़ा घट आउंदे ने, और इह मगरों आण के ही सारे इत्थे अपने तख्त ला के बैठे ने। मक्खन शाह नूं तसली जी हो गई भी गल ठीक जापदी, असली गुरु ही ओह होणे आ। ते लगदे भी तेग बहादुर साहब अठवें पातशाह दे रिश्ते विच्चों दादा जी सी बाबा जी, बाबे दे भरा लगदे सन। हुण मक्खन शाह नूं जिवें गुरु का प्यारा कहिंदा आ, ओह भोरे दे विच छेवें गुरु दे साहबजादे रहिंदे ने। आओ उस वेले दीआं लाइनां, दलबीर सिंह गिल महिमें चक्किया जूके, जिन्हें जोगी साहब दे नाल स्टेजां दे धुम्मां पाईआं, मेरे वड्डे वीर जी उहनां दी कलम तो लिखिया होया प्रसंग पेश कर रहे हैं जी। ऐं बेनती आ, रख पंज पंज मोहरां दा मक्खन शाह पछानू तुरिया,
कोई होर भी है पुछिए उस दे मन विच पुर ना पुरिया। एक कहिंदा दसा जी जिस नूं तेग बहादुर कहिंदे पुत्र गुर छेवें दे है उस पोरे दे विच रहिंदे। सब नु धरिया ने मोरा उस मूरे भी तर लो। बहुत आगी ने मोरा दे लो जे कर लेंदे पुत्र गुर छेवें दे है उस पोरे दे विच रहिंदे। बाकी जितने ने ओ नी इन्हां दे नाल बैंदे ओ वखरा बैके ते वाहेगुरु वाहेगुरु करदे रहिंदे। गर्मी ते सर्दी के ओ सब भुख तरे हां सहिंदे भुख तरे हां सहिंदे पुत्र गुर छेवें दे है उस पोरे दे विच रहिंदे। पोरे विच बैके ते उसने 26 साल गुजारे पुत मात नानकी दे जो हन बहुत तपस्वी पारे। ए जग दी रीति है झूठे सच्चियां दे नल खेंदे पुत्र गुर छेवें दे है उस पोरे दे विच रहिंदे। चरणा विच बैठी होए मां गुजरी जी सेवक माउंदे ओ अंदरे रहिंदे ने बाहर कदे कदे ही आउंदे। संत आत्मा ने हर दम नाम दवेणी वेंदे पुत्र गुर छेवें दे है उस पोरे दे विच रहिंदे। हर स्वामी जग दे ए उसे सतगुर दे रिश्ते चो बाबा जी लग दे ए उसे सतगुर दे रिश्ते चो बाबा जी लग दे। सत नाम वाहे गुरु दा जप दे जाप ने उठ दे बहिंदे पुत्र गुर छेवें दे है उस पोरे दे विच रहिंदे। शक्ति है ये गल सच सियाने कह गए जित हुंदी सच्चिया दी झूठे ठगिया जोगे रह गए। निसचा दलबीर दा निसचा दलबीर दा आखिरकार जो झूठे टहिंदे आखिरकार जो झूठे टहिंदे पुत्र गुर छेवें दे है उस पोरे दे विच रहिंदे। पुत्र गुर छेवें दे है उस पोरे दे विच रहिंदे। सौदागर मक्खन शाल बाणे नूं यकीन हो गया भी असली गुरु ही ओह होणे आ। आपणे बंदिआं नूं नाल लै के उधर नूं तुरिया ते नकली गुरुआं दे चेले इन्हां नूं फिकर पै गया भी जे असली गुरु दा पता लग गया ना ते साडा ते फिर कम जांदा रहना। इन्हां ने रोकण दा बड़ा यतन कीता पर मक्खन शाह अपने अकीदे ते कैम से पहुंच गया जिथे गुरु तेग बहादुर साहिब महाराज बैठे होए उस भोरे विच बंदगी कर रहे सन। दरवाजे ते मातावां बैठियां ने सतगुरां दे माता जी माता नानकी जी
और सतगुरां दे महल माता गुजर कौर जी बैठे हुए ने, जाके बेनती की सतगुरां दे दर्शन करने आ। माता नानकी जी कहन लगी कि बेटा अगे इन्या जाणियां दे बैठन वास्ते जगह नहीं, एक दो जाने जा सकते हो। गुरु महाराज कहन लगे आउण दिओ इन्हां नूं अगे। मक्खण शाह कला ही उस भोरे विच सतगुरु दे हजूर पहुँचिया, दर्शन किते जिस मिलिया मन होए आनंद। सो सतगुरु कहिए मन दी दुविधा बिनस जाए, हर परम पद लईए। गुरु दे दर्शन कीत्या ही मन नूं शांति आ जाती है, सकून मिलता है। मक्खण शाह खलो के कहन लगा सच्चे पातशाह पंज मोहरां रखियां ने उहदा, पंज मोहरां रख के कहिंदा मेरे दिल दा भरम मिटाओ, मेरा शंका दूर कीता जावे। सतगुरु महाराज दे चरणा विच बेनती करदा है ते सतगुरु कहिंदे भई पुरखा माया दी लोड़ ते नहीं सानू, पर सवाल बड़ा वड्डा कर दिता ई ते नाले उदों दे 500 सुख दा सां, हुण 5 चढ़ा रहे हां। गुरु तेग बहादुर महाराज मक्खण शाह लबाणे नूं की कहिंदे ने, सुनिए आऊं बेनती आ जी। मक्खण शाह ने पंज मोहरां जा सतगुरु अग्गे धरियां, दीन दुनी दे मालिक एदा कहिंदे खरियां खरियां। साडी पेटा क्यों नहीं दिंदा का तू देरी लावे, सुख के 500 मोहरां सिखा हुण क्यों 5 चढ़ावे। मक्खण शाह दे वल वेख के सतगुरु मेरे हसे, सिख दे दिल दे लुके होए जो भेद खोल के दसे। लगदा के होरां वांगर सानू वी अजमावे, सुख के 500 मोहरां सिखा हुण क्यों 5 चढ़ावे। करके भजन खिसक जे नेड़े ओह नहीं सिख कहावे, याद रख ला परख दे मौके बार बार नहीं आउंदे। सचेत कर ला हुण क्यों गल भुलावे, जो कहिंदा सचेत कर ला हुण क्यों गल भुलावे। सुख के 500 मोहरां सिखा हुण क्यों 5 चढ़ावे। गुरसिखां दी रीति है के जेड़ी गल कर लैंदे, गुरसिखां दी रीति है के जेड़ी गल कर लैंदे, सिर जावे पर बचन न जावे उस ते पक्के रहिंदे। करके बचन नि सिख मुकर दे जान निकल जा भावे, सुख के 500 मोहरां सिखा हुण क्यों 5 चढ़ावे। कैर सियाणे जो भी धरिए कदम संभल के धरिए, जेड़ी भी गल करनी होवे सोच समझ के करिए। साडा हिस्सा सानू दे दे जो है साडे नावे, साडा हिस्सा सानू दे दे जो है साडे नावे। सुख के 500 मोहरां सिखा हुण क्यों 5 चढ़ावे। जिस वेले सी डुबदा बेड़ा तू सी तरले लैंदा, जिस वेले सी डुबदा बेड़ा तू सी तरले लैंदा, 500 मोर चढ़ावांगा मैं बार बार सी कहिंदा। लंगे तू वांग मतलब कानू मुकरी जावे, सुख के 500 मोहरां सिखा हुण क्यों 5 चढ़ावे। असां अपना फर्ज नभाया तू भी फर्ज नभा दे, गुरगद्दी दी भेटा जेड़ी साडे हाथ फड़ा दे। कोई असूल नहीं ना साडा हिस्सा खावे, सुख के 500 मोहरां सिखा हुण क्यों 5 चढ़ावे। जद सतगुरु दे मोढे दे विच किल खुबे होए वेखे, जद सतगुरु दे मोढे दे विच किल खुबे होए वेखे, पल दे अंदर दिल दे सारे निकल गए भुलेखे। मोढे ते जख्म वेख ला जे खर तकना चावे, सुख के 500 मोहरां सिखा हुण क्यों 5 चढ़ावे। सतगुर मुखो बचन सुन ते नीर अखां चो वह पिया, हाथ जोड़ के मक्खण शाबर चरना उत्ते टह पिया। तलबीर उसनू भुल दियो, क्यों तलबीर उसनू भुल दा जिसदा दिता खावे। सुख के 500 मोहरां सिखा हुण क्यों 5 चढ़ावे। सतगुरु मुस्करा के कहन लगे मक्खण शाह नूं, जहाज दे संकट वेले दे 500 सुखी सी,
ਜੋ ਸਾਡੀ ਦਸਵੰਧ ਭੇਟਾਂ 'ਤੇ ਹੁਣ ਪੰਜ ਤਰ੍ਹਾਂ ਧਰ ਰਿਹਾ, ਇਹ ਨਹੀਂ ਸਾਨੂੰ ਚਾਹੀਦੀਆਂ। ਉਹ ਸਾਡੀ ਸੁਖਣਾ ਹਾਜ਼ਰ ਕਰ ਦੇ ਅਤੇ ਆਪੇ ਤੇਰੇ ਮਨ ਦਾ ਭਰਮ ਮਿਟ ਜਾਵੇਗਾ। ਮੱਖਣ ਸ਼ਾਹ ਨੂੰ ਆਪਣੇ ਮੋਢੇ 'ਤੇ ਸਤਿਗੁਰਾਂ ਨੇ ਕਿੱਲ ਖੁੱਬੇ ਜਹਾਜ਼ ਦੇ ਵਿਖਾਏ, ਗਦ ਗਦ ਹੋ ਗਿਆ, ਨਿਹਾਲ ਹੋ ਗਿਆ, ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਿਆ। ਇਹ ਹੁਣ ਬਾਹਰ ਮਹਾਰਾਜ ਨੂੰ ਪ੍ਰਗਟ ਕਰਨ ਲੱਗਾ। ਸਤਿਗੁਰੂ ਕਹਿੰਦੇ ਤੇਰੇ ਮਨ ਦਾ ਭਰਮ ਜਿਹੜਾ ਮਿਟ ਗਿਆ, ਤੇਰੀ ਤਸੱਲੀ ਹੋ ਗਈ, ਪਰ ਹੁਣ ਸਾਨੂੰ ਪ੍ਰਗਟ ਨਾ ਕਰੀ। ਕਹਿੰਦਾ ਮਹਾਰਾਜ ਮੇਰੇ ਕੋਲ ਸੰਗਤ ਦਾ ਦੁੱਖ ਨਹੀਂ ਜਰਿਆ ਜਾਂਦਾ, ਲੋਕ ਇੱਥੋਂ ਵਿਆਕਲ ਹੋ ਕੇ ਲੁੱਟੇ ਜਾ ਰਹੇ ਨੇ ਅਤੇ ਵਾਪਸ ਨਿਰਾਸ਼ ਹੋ ਕੇ ਜਾਂਦੇ ਨੇ। ਮੱਖਣ ਸ਼ਾਹ ਚੜ੍ਹ ਗਿਆ ਉੱਚੀ ਜਗ੍ਹਾ 'ਤੇ, ਇਹਨੇ ਪੱਲਾ ਫੇਰ ਕੇ ਇਹ ਸ਼ਬਦ ਕਹੇ, ਉੱਚੇ ਚੜ੍ਹ ਕੇ ਮੱਖਣ ਸ਼ਾਹ ਇਉਂ ਖਲਾ ਪੁਕਾਰੇ, ਸੱਚਾ ਗੁਰੂ ਮੈਂ ਲੱਭ ਲਿਆ। ਆਓ ਤੱਕ ਲਓ ਸਾਰੇ ਸਾਗਰ ਦੇ ਵਿੱਚ ਡੁੱਬਦੇ ਜਿਸ ਬੇੜੇ ਤਾਰੇ, ਇਹ ਭਵਜਲ ਤੋਂ ਵੀ ਉਹਾ ਫਿਰ ਪਾਰ ਉਤਾਰੇ, ਗਦੀਆਂ ਵਾਲੇ ਹੋਰ ਜੋ ਰਹਿ ਪਿੱਟ ਨਗਾਰੇ, ਸਭ ਪਖੰਡੀ ਹੈ ਨਾ ਉਹ ਮੈਂ ਤੱਕ ਲੈ ਸਾਰੇ। ਜਦੋਂ ਮੱਖਣ ਸ਼ਾਹ ਨੇ ਪੱਲਾ ਫੇਰਿਆ, ਸੱਚਾ ਗੁਰੂ ਲੱਭ ਦੋਰੇ, ਰੌਲਾ ਪੈ ਗਿਆ ਕਿ ਗੁਰੂ ਲੱਭ ਗਿਆ, ਗੁਰੂ ਲੱਭ ਗਿਆ। ਜਿਹੜੇ ਨਕਲੀ ਸੀ ਬੜੀ ਸੱਟ ਵੱਜੀ, ਇਹ ਦੌੜਨੇ ਸ਼ੁਰੂ ਹੋਏ। ਇੱਧਰ ਮੱਖਣ ਸ਼ਾਹ ਨੇ ਆਪਣੇ ਬੰਦਿਆਂ ਨੂੰ ਭਜਾਇਆ, ਜਾਓ ਡੇਰੇ ਵਿੱਚੋਂ ਸਮਾਨ ਲੈ ਕੇ ਆਓ, ਪਛਾਕੇ ਲੈ ਕੇ ਆਓ, ਮੋਹਰਾਂ ਲੈ ਕੇ ਆਓ। ਲੈ ਕੇ ਆਏ ਨੇ ਸਤਿਗੁਰਾਂ ਨੂੰ ਨਵਾਂ ਪਛਾਕਾ, ਜਿਹੜਾ ਦਸੌਰ ਦੇਸ਼ ਤੋਂ ਮੱਖਣ ਸ਼ਾਹ ਲੈ ਕੇ ਆਇਆ ਸੀ ਸਤਿਗੁਰਾਂ ਲਈ, ਉਹ ਪਹਿਨਾ ਕੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਦੇ ਸਪੁੱਤਰ ਨੇ। ਉਸੇ ਵੇਲੇ ਗੁਰਤਾ ਗਦੀ ਦੀ ਰਸਮ ਜਿਵੇਂ ਨਿਭਾਈ ਗਈ, ਇਹ ਸਾਰਾ ਸੀਨ ਇਉਂ ਪੇਸ਼ ਕੀਤਾ ਜਾ ਰਿਹਾ। ਸਰਵਣ ਕਰੀਏ ਕਵੀਸ਼ਰ ਮਹਿਤਾ ਤੇ ਸੋਹੀ ਬ੍ਰਦਰ, ਐਉਂ ਬੇਨਤੀ ਕਰਦੇ ਨੇ ਜੀ। ਮੱਖਣ ਸ਼ਾਹ ਨੇ ਸਮਾਨ ਲਿਆ ਕੇ ਗੱਦੀ ਦਿੱਤੀ ਪੂਰੀ ਸ਼ਾਨ ਦੀ ਸਜਾ, ਪਾਤਸ਼ਾਹ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ 'ਤੇ ਮੱਖਣ ਸ਼ਾਹ ਨੇ ਪ੍ਰਗਟ ਕੀਤੇ। ਸੰਗਤਾਂ ਨੇ ਜਥਾ ਸ਼ਕਤ ਭੇਟਾਵਾਂ ਧਰੀਆਂ। ਅੱਠਵੇਂ ਪਾਤਸ਼ਾਹ ਮਹਾਰਾਜ ਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਜੋਤੀ ਜੋਤ ਸਮਾਏ, ਉਦੋਂ 3 ਵਿਸਾਖ 30 ਮਾਰਚ 1664 ਈਸਵੀ ਸੀ, ਔਰ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਨਵੇਂ ਪਾਤਸ਼ਾਹ ਮਹਾਰਾਜ ਨੂੰ ਜਦੋਂ ਸੁਭਾਏ ਮਾਨ ਕੀਤਾ ਗਿਆ ਹੈ,
उस वेले 20 मार्च 1665 ईस्वी से यह प्रसंग पेश किया जा रहा सी। केवल सिंह मेहता नाल दे साथी कविश्री दे खेतर दे पहलवान गवैये काबल सिंह सोही, कोट मौलवी और मनजीत सिंह सोही, अवदाल सोही, कदे याद करना होवे 9851575737 9157065053 9141293 ते जदों भी कॉल करोगे हाजिर होवांगे। फतेह बुलाओ, वाहेगुरु जी का खालसा, वाहेगुरु जी।